ਪਿਤਾ ਜੀ ਦੇ ਕਿ ਸਰ ਨੇ ਅੱਗੇ ਦੇ ਤੁਹਾਡੇ ਸਾਹਮਣੇ ਵੀ ਇੱਕ ਸਮੀਕਰਨ ਨੂੰ ਲਿਖਿਆ ਹੋਇਆ ਹੈ। ਸਰ ਦੱਸਣਾ ਕਿ ਸਮੀਕਰਨ ਦੇ ਵਿੱਚ ਕਿੰਨੇ ਹਿੱਸੇ ਹੁੰਦੇ ਹਨ? ਹਾਂਜੀ ਪਿਆਰੇ ਵਿਦਿਆਰਥੀਓ, ਮੇਰੇ ਕੋਲ ਸਮੀਕਰਨ ਦੇ ਵਿੱਚ ਇਹ ਵਿਚਕਾਰ ਬਰਾਬਰ ਦਾ ਚਿੰਨ ਲੱਗਾ ਹੋਇਆ ਹੈ। ਇਹ ਬਰਾਬਰ ਦੇ ਚਿੰਨ ਤੋਂ ਸੱਜੇ ਪਾਸੇ ਕੁਝ ਹੈ ਤੇ ਬਰਾਬਰ ਦੇ ਚਿੰਨ ਦੇ ਖੱਬੇ ਪਾਸੇ ਹਨ। ਇਹਦਾ ਮਤਲਬ ਤਿੰਨ ਹਿੱਸੇ ਬਣ ਗਏ। ਇਹ ਬਰਾਬਰ ਦਾ ਇੱਕ ਖੱਬਾ ਪਾਸਾ, ਇੱਕ ਸੱਜਾ ਪਾਸਾ, ਇੱਕ ਬਰਾਬਰ ਦਾ ਨਿਸ਼ਾਨ। ਸਮੀਕਰਨ ਦੀ ਸਭ ਤੋਂ ਵੱਡੀ ਸ਼ਰਤ, ਪਿਆਰੇ ਵਿਦਿਆਰਥੀ ਧਿਆਨ ਦਿਓ, ਕਿ ਬਰਾਬਰ ਦਾ ਚਿੰਨ ਹੋਣਾ ਚਾਹੀਦਾ ਹੈ। ਜੇਕਰ ਅਸੀਂ ਵਿਚਕਾਰ ਬਰਾਬਰ ਦਾ ਚਿੰਨ ਲਗਾਉਂਦੇ ਹਾਂ ਤਾਂ ਕਿ ਦੋਨੋਂ ਪਾਸੇ ਬਰਾਬਰ, ਇਹ ਖੱਬਾ ਪਾਸਾ, ਇਹ ਸੱਜਾ ਪਾਸਾ, ਖੱਬੇ ਪਾਸੇ ਵਾਲੇ ਨੂੰ ਤੇ ਸੱਜੇ ਪਾਸੇ ਨੂੰ ਅਸੀਂ ਵਿਅੰਜਕ ਕਹਿੰਦੇ ਹਾਂ। ਜਦੋਂ ਵਿੱਚ ਬਰਾਬਰ ਦਾ ਨਿਸ਼ਾਨ ਆ ਜਾਂਦਾ ਹੈ ਤਾਂ ਸਮੀਕਰਨ ਬਣ ਜਾਂਦੀ ਹੈ। ਪਿਆਰੇ ਵਿਦਿਆਰਥੀਓ, ਸਮੀਕਰਨ ਜਿਹੜਾ ਹੈ ਉਹ ਇੱਕ ਤੁਲਾ ਦੀ ਤਰ੍ਹਾਂ ਹੁੰਦਾ ਹੈ, ਠੀਕ ਹੈ। ਜਿਵੇਂ ਹੁਣ ਮੈਂ ਇੱਕ ਤੁਲਾ ਪਕੜੀ ਹੋਈ ਹੈ, ਇਸਦਾ ਇੱਕ ਸੱਜਾ ਪਾਸਾ ਹੈ ਔਰ ਇੱਕ ਖੱਬਾ ਪਾਸਾ ਹੈ। ਇਸ ਤੋਂ ਇਸ ਵੇਲੇ ਲੱਗ ਰਿਹਾ ਹੈ ਕਿ ਜਿਹੜਾ ਸਮੀਕਰਨ ਹੈ ਉਹ ਪੂਰੀ ਤਰ੍ਹਾਂ ਸੰਤੁਲਿਤ ਨਹੀਂ ਹੈ। ਅਗਰ ਮੈਂ ਤੁਹਾਨੂੰ ਇਸ ਪਲੜੇ ਵਿੱਚ ਧਿਆਨ ਨਾਲ ਦਿਖਾਵਾਂ ਤਾਂ ਇਸ ਪਲੜੇ ਦੇ ਵਿੱਚ ਜਿਹੜਾ ਸੀ ਉਸ ਵਿੱਚ ਮੈਂ ਪੰਜ ਗੀਟੀਆਂ ਪਾਈਆਂ ਹੋਈਆਂ ਸਨ, ਠੀਕ ਹੈ। ਪੰਜ ਗੀਟੀਆਂ ਪਹਿਲਾਂ ਪਈਆਂ ਸਨ, ਮੈਂ ਅੱਜ ਕੱਲ੍ਹ ਪੰਜ ਸੰਖਿਆਵਾਂ ਪਾ ਦਿੱਤੀਆਂ, ਠੀਕ ਹੈ। ਹੁਣ ਇਹਦੇ ਵਿੱਚ ਪਹਿਲਾਂ ਹੀ ਆਲਰੇਡੀ ਕਿੰਨੀਆਂ ਸੰਖਿਆਵਾਂ ਹਨ ਜੇ ਅਸੀਂ ਗੀਟੀਆਂ ਨੂੰ ਸੰਖਿਆਵਾਂ ਨਾਲ ਜੋੜ ਲਈਏ। ਇਸ ਵੇਲੇ ਇਸ ਵੇਲੇ ਦੋ ਸੰਖਿਆਵਾਂ ਹਨ, ਇਸਦਾ ਮਤਲਬ ਕਿ ਮੈਂ ਕਿੰਨੀਆਂ ਸੰਖਿਆਵਾਂ ਇਹਦੇ ਵਿੱਚ ਪਾਵਾਂ ਕਿ ਮੇਰਾ ਜਿਹੜੀ ਹੈ ਤਕੜੀ ਦੇ ਤੁਲਾ ਦੇ ਜਿਹੜੇ ਦੋਨੋਂ ਪਾਸੇ ਹਨ ਉਹ ਬਰਾਬਰ ਹੋ ਜਾਣ। ਅਗਰ ਮੈਂ ਇੱਕ ਪਾਨੀ ਹਾਂ ਤੇ ਕਿਆ ਇਹ ਬਰਾਬਰ ਹੋ ਗਿਆ? ਅਜੇ ਬਰਾਬਰ ਸਾਨੂੰ ਨਜ਼ਰ ਨਹੀਂ ਆ ਰਿਹਾ, ਇੱਕ ਪੈਸਾ ਨੀਵਾਂ, ਇੱਕ ਪੈਸਾ ਉੱਚਾ ਨਜ਼ਰ ਆ ਰਿਹਾ। ਹੁਣ ਅਗਰ ਮੈਂ ਇੱਕ ਹੋਰ ਪਾ ਦਾਂ ਤਾਂ ਅਜੇ ਬਰਾਬਰ ਹੋਇਆ ਹੈ ਜਾਂ ਕਿ ਨਹੀਂ ਹੋਇਆ ਹੈ? ਬਿਲਕੁਲ ਬਰਾਬਰ ਬਰਾਬਰ ਹੋ ਗਏ, ਬਰਾਬਰ ਆ, ਪਰ ਅਸੀਂ ਬਰਾਬਰ ਨਹੀਂ ਕਵਾਂਗੇ। ਇਸ ਤਰ੍ਹਾਂ ਮੈਨੂੰ ਲੱਗਿਆ ਕਿ ਜੇਕਰ ਮੇਰੇ ਵੱਲ ਇੱਧਰ ਕੋਈ ਪੰਜ ਸੰਖਿਆ ਦੀ ਨੰਬਰ ਸੀ ਔਰ ਮੇਰੇ ਕੋਲ ਇੱਧਰ ਦੋ ਸੰਖਿਆਵਾਂ ਸਨ ਤਾਂ ਮੈਂ ਇੰਨੀਆਂ ਸੰਖਿਆਵਾਂ ਲੱਭ ਲਈਆਂ ਤਕੜੀ ਦੇ ਵਿੱਚ ਪਾ ਕੇ ਕਿ ਮੇਰੇ ਦੋਨੋਂ ਪਲੜੇ ਬਰਾਬਰ ਹਨ। ਸਮੀਕਰਨ ਵੀ ਬਿਲਕੁਲ ਇਸੇ ਤਰ੍ਹਾਂ ਦਾ ਹੀ ਸਵਾਲ ਹੁੰਦਾ ਹੈ। ਸਾਡੇ ਕੋਲ ਇੱਕ ਅਗਿਆਤ ਸੰਖਿਆ ਹੁੰਦੀ ਹੈ ਜਿਸ ਨੂੰ ਅਕਸਰ ਅਸੀਂ ਐਕਸ ਦੇ ਨਾਲ ਦਰਸਾਉਂਦੇ ਹਾਂ। ਅੰਗਰੇਜ਼ੀ ਦੇ ਕਿਸੇ ਵੀ ਅਕਸਰ ਏ ਬੀ ਸੀ ਡੀ ਈ ਨਾਲ ਅਸੀਂ ਦਿਖਾ ਸਕਦੇ ਹਾਂ। ਆਮ ਤੌਰ ਤੇ ਅਸੀਂ ਐਕਸ ਨਾਲ, ਜਿਵੇਂ ਮੈਡਮ ਨੇ ਗੱਲ ਦੱਸੀ ਸਾਨੂੰ ਕਿ ਐਕਸ ਨਾਲ ਅਸੀਂ ਆਮ ਤੌਰ ਤੇ ਜਾਂ ਵਾਈ ਨਾਲ ਦਰਸਾ ਸਕਦੇ ਹਾਂ। ਇਹ ਅਗਿਆਤ ਸੰਖਿਆ ਨੂੰ ਚੱਲ ਸੰਖਿਆ ਕਿਹਾ ਜਾਂਦਾ ਹੈ। ਇਹ ਸਮੀਕਰਨ ਜਿਹੜੀ ਤੁਲਾ ਦਾ ਵਿਚਕਾਰਲਾ ਧਾਗਾ ਹੈ ਇਹ ਸਾਨੂੰ ਇੱਕ ਬਰਾਬਰ ਦਾ ਨਿਸ਼ਾਨ ਨੂੰ ਦਿਖਾ ਰਿਹਾ ਹੈ ਔਰ ਇਸਦੇ ਪਾਸੇ ਕੁਝ ਸੰਖਿਆਵਾਂ ਹਨ ਔਰ ਇਸਦੇ ਪਾਸੇ ਕੁਝ ਸੰਖਿਆਵਾਂ ਹਨ। ਇਸ ਪਾਸੇ ਪੂਰੀਆਂ ਪੰਜ ਸੰਖਿਆਵਾਂ ਸਨ ਜਿਹੜੀਆਂ ਕਿ ਸਾਨੂੰ ਪਹਿਲਾਂ ਹੀ ਪਤਾ ਸਨ, ਪਰ ਇੱਧਰ ਦੋ ਗੀਟੀਆਂ ਸਨ। ਅਸੀਂ ਇੱਕ ਉਹ ਅਗਿਆਤ ਸੰਖਿਆ ਜਾਂ ਉਹ ਨੰਬਰ ਆਫ ਗੀਟੀਆਂ ਲੱਭਣੀਆਂ ਸਨ ਕਿ ਜੋ ਇਸ ਤੁਲਾ ਦੇ ਪਲੜਿਆਂ ਨੂੰ ਬਰਾਬਰ ਕਰਦੇ ਔਰ ਇਹ ਤੁਲਾ ਨੂੰ ਬਰਾਬਰ ਕਰਨਾ ਬਿਲਕੁਲ ਇਸ ਸਮੀਕਰਨ ਨੂੰ ਹੱਲ ਕਰਨ ਦੇ ਬਰਾਬਰ ਸੀ। ਤੁਸੀਂ ਉਹਨਾਂ ਆਪਾਂ ਪ੍ਰਗਤੀਵਿਧੀ ਜਾਂ ਪ੍ਰੈਕਟੀਕਲ ਕਰਕੇ ਵੇਖਿਆ ਕਿ ਅਗਰ ਅਸੀਂ ਇੱਧਰ ਤਿੰਨ ਅੰਗੀਟੀਆਂ ਹੋਰ ਪਾਤੀਆਂ ਤੇ ਸਾਡੀ ਤੁਲਾ ਜਿਹੜੀ ਸੀ ਉਹ ਬਰਾਬਰ ਹੋ ਗਈ। ਇਹਦਾ ਮਤਲਬ ਇੱਕ ਅਗਿਆਤ ਸੰਖਿਆ ਤਿੰਨ ਵੀ ਸਾਨੂੰ ਲੋੜ ਸੀ ਜੇਕਰ ਮੈਂ ਆਪਣਾ ਸਮੀਕਰਨ ਜਿਹੜਾ ਹੈ ਇਹਦੀ ਜਗ੍ਹਾ ਦੇ ਉੱਤੇ ਕਿਹਾ ਸੀ ਮੇਰੇ ਕੋਲ ਇੱਧਰ ਮੈਂ ਪੰਜ ਕਰਨਾ ਹੋਵੇ ਤਾਂ ਇੱਧਰ ਮੇਰੇ ਕੋਲ ਆਲਰੇਡੀ ਕਿੰਨਾ ਹੈਗਾ ਸੀ? ਪਹਿਲਾਂ ਇੱਕ ਸੀ, ਇੱਧਰ ਪੈਸੇ ਅਸੀਂ ਪੰਜ ਕਰਨਾ ਹੋਵੇ ਤਾਂ ਸਾਨੂੰ ਤਿੰਨ ਇਹਦੇ ਵਿੱਚ ਜੋੜਨਾ ਪਵੇਗਾ। ਜੇਕਰ ਦੋ ਸਾਡੇ ਕੋਲ ਪਹਿਲਾਂ ਹੋਵੇ ਤਾਂ ਫਿਰ ਬਰਾਬਰ ਸੰਖਿਆ ਲੱਗ ਜਾਵੇਗੀ। ਅਸੀਂ ਇਹਦੇ ਵਿੱਚ ਦੋ ਜਮਾ ਤਿੰਨ ਕਰਦੇ ਹੋਏ ਅਸੀਂ ਸੰਖਿਆ ਨੂੰ ਬਰਾਬਰ ਕਰ ਲਿਆ, ਯਾਨੀ ਕਿ ਮੈਂ ਤੁਲਾ ਦੇ ਵਿੱਚ ਤਿੰਨ ਗੀਟੀਆਂ ਪਾਈਆਂ। ਇਹੀ ਮੇਰੀ ਸਮੀਕਰਨ ਦਾ ਹੱਲ ਸੀ। ਮੇਰਾ ਸਮੀਕਰਨ ਕੀ ਬਣ ਗਿਆ? ਐਕਸ ਜਮਾ ਦੋ ਬਰਾਬਰ ਪੰਜ। ਸੱਜੇ ਪਾਸੇ ਮੇਰੇ ਕੋਲ ਪਹਿਲਾਂ ਹੀ ਪੰਜ ਗੀਟੀਆਂ ਸਨ ਔਰ ਪਹਿਲਾਂ ਮੇਰੇ ਕੋਲ ਇੱਧਰ ਅਗਰ ਮੈਂ ਦੋ ਗੀਟੀਆਂ ਰੱਖਦੀਆਂ ਤਾਂ ਮੇਰੇ ਕੋਲ ਦੋ ਸਨ, ਪਰ ਅਗਿਆਤ ਸੰਖਿਆ ਜਿਹੜੀਆਂ ਕਿ ਮੈਂ ਲੱਭੀਆਂ ਗੀਟੀਆਂ ਪਾ ਕੇ ਉਹ ਮੇਰੀ ਐਕਸ ਸੀ। ਤਾਂ ਇਸ ਤਰ੍ਹਾਂ ਮੈਂ ਸਮੀਕਰਨ ਬਣਾ ਲਿਆ ਐਕਸ ਜਮਾ ਦੋ ਬਰਾਬਰ ਪੰਜ। ਪਰ ਜਦੋਂ ਮੈਂ ਗੀਟੀਆਂ ਕਿੰਨੀਆਂ ਪਾਈਆਂ? ਤਿੰਨ। ਇਹਦਾ ਮਤਲਬ ਅਗਿਆਤ ਸੰਖਿਆ ਮੈਂ ਹੁਣ ਲੱਭ ਲਈ ਉਹ ਕਿੰਨੀ ਸੀ? ਤਿੰਨ। ਔਰ ਤਿੰਨ ਹੀ ਇਸ ਦੇਖੀ ਸਮੀਕਰਨ ਦਾ ਹੱਲ ਹੈ। ਸਮੀਕਰਨ ਦੇ ਦੋ ਹਿੱਸੇ ਬਣ ਗਏ, ਇੱਕ ਖੱਬਾ ਪੈਸਾ, ਇੱਕ ਸੱਜਾ ਪੈਸਾ ਤੇ ਵਿਚਕਾਰ ਬਰਾਬਰ ਦਾ ਨਿਸ਼ਾਨ। ਤੇ ਜਿਹੜੀ ਅਗਿਆਤ ਸੰਖਿਆ ਜਿਵੇਂ ਕਿ ਮੈਡਮ ਨੇ ਗੱਲ ਕੀਤੀ ਉਹ ਹੈ ਚੱਲ ਸੰਖਿਆ, ਤੇ ਜਿਹੜੀਆਂ ਸੰਖਿਆ ਮੈਂ ਪਹਿਲਾਂ ਇਹਦੇ ਵਿੱਚ ਦਿੱਤੀਆਂ ਹਨ ਉਹ ਹਨ ਅਚੱਲ ਸੰਖਿਆ। ਭਾਵ ਕਿ ਸਮੀਕਰਨ ਦੇ ਵਿੱਚ ਇੱਕ ਸ਼ਰਤ ਹੈ ਕਿ ਉਸ ਸਮੀਕਰਨ ਦੇ ਵਿੱਚ ਇੱਕ ਬਰਾਬਰ ਦਾ ਨਿਸ਼ਾਨ ਹੋਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਇੱਕ ਘੱਟੋ ਘੱਟ ਇੱਕ ਚੱਲ ਸੰਖਿਆ ਹੋਣੀ ਚਾਹੀਦੀ ਹੈ ਜਿਸ ਦਾ ਉੱਤਰ ਅਸੀਂ ਲੱਭਣਾ ਹੈ। ਦੇਖੋ ਬੱਚੋ,
ਜਿਵੇਂ ਕਿ ਹੁਣ ਮੇਰੇ ਕੋਲ ਪਹਿਲਾਂ ਦੋ ਗੀਟੀਆਂ ਸਨ ਤਾਂ ਮੇਰਾ ਸਮੀਕਰਨ ਇਸ ਤਰ੍ਹਾਂ ਦਾ ਸੀ ਐਕਸ ਜਮਾ ਦੋ ਬਰਾਬਰ ਪੰਜ ਪਰ ਮੈਨੂੰ ਐਕਸ ਬਾਰੇ ਨਹੀਂ ਸੀ ਪਤਾ ਜਦੋਂ ਮੈਂ ਤੁਲਾ ਨਾਲ ਐਕਸਪੀਰੀਅੰਸ ਕਰ ਲਿਆ ਤਾਂ ਮੈਨੂੰ ਪਤਾ ਲੱਗ ਗਿਆ ਕਿ ਮੈਂ ਤਿੰਨ ਗੀਟੀਆਂ ਹੋਰ ਪਾਈਆਂ ਤੇ ਮੇਰਾ ਜਿਹੜਾ ਤੁਲਾ ਸੀ ਉਹ ਬੈਲੈਂਸ ਹੋ ਗਿਆ ਇਹਦਾ ਮਤਲਬ ਐਕਸ ਦੀ ਥਾਂ ਤੇ ਮੈਂ ਕਿੰਨੀਆਂ ਗੀਟੀਆਂ ਪਾਈਆਂ ਤਿੰਨ ਤਿੰਨ ਜਮਾ ਦੋ ਤੁਸੀਂ ਜਾਣਦੇ ਹੋ ਪੰਜ ਆਰ ਮੇਰੇ ਖੱਬੇ ਪਾਸੇ ਵੀ ਪੰਜ ਹੋ ਗਿਆ ਹੈ ਤੇ ਸੱਜੇ ਪਾਸੇ ਵੀ ਹੋ ਗਿਆ ਇਹਦਾ ਮਤਲਬ ਐਕਸ ਦੀ ਜਗ੍ਹਾ ਤੇ ਮੈਂ ਕਿੰਨੀ ਸੰਖਿਆ ਪਾਈ ਹੈ ਉਹ ਤਿੰਨ ਪਾਈ ਹੈ ਇਸ ਲਈ ਤਿੰਨ ਮੇਰੇ ਇਸ ਸਮੀਕਰਨ ਦਾ ਹੱਲ ਹੈ ਪਿਆਰੇ ਬੱਚੇ ਦੇਖੋ ਜੇਕਰ ਮੰਨ ਲਓ ਕਿਸੇ ਵਿਦਿਆਰਥੀ ਨੇ ਇਹਦੇ ਵਿੱਚ ਪੰਜ ਇੱਥੇ ਲਿਖ ਦਿੱਤਾ ਕਿ ਇੱਥੇ ਸਰ ਮੈਡਮ ਮੈਂ ਪੰਜ ਲਿਖਾਂ ਇਹਦਾ ਮਤਲਬ ਪੰਜ ਜਮਾ ਦੋ ਬਰਾਬਰ ਪੰਜ ਇਹ ਤਾਂ ਗਲਤ ਹੋ ਗਿਆ ਬੱਚੋ ਇਸ ਤਰ੍ਹਾਂ ਸਮੀਕਰਨ ਬਰਾਬਰ ਨਹੀਂ ਬਣ ਪਾਈ ਜੇਕਰ ਇੱਥੇ ਤਿੰਨ ਲਿਖਾਂਗੇ ਤਿੰਨ ਪਾਵਾਂਗੇ ਤਾਂ ਹੀ ਬਰਾਬਰ ਸੰਖਿਆ ਬਣ ਜਾਏ ਇਸਦਾ ਮਤਲਬ ਹੋਇਆ ਪੰਜ ਇਸ ਸਮੀਕਰਨ ਦਾ ਹੱਲ ਨਹੀਂ ਹੈ ਬਿਲਕੁਲ ਠੀਕ ਮੈਡਮ ਕਿ ਇਸ ਦਾ ਮਤਲਬ ਇਹ ਹੈ ਜਦੋਂ ਬਰਾਬਰ ਬਣਨਗੇ ਦੋਨੇ ਪਾਸੇ ਬਰਾਬਰ ਬਣਨਗੇ ਤਾਂ ਹੀ ਉਹ ਸੰਖਿਆ ਸਮੀਕਰਨ ਦਾ ਹੱਲ ਬਣੇਗੀ ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਹੈ ਕਿ ਸਮੀਕਰਨ ਦਾ ਇੱਕ ਫਿਕਸਡ ਹੱਲ ਵੀ ਹੁੰਦਾ ਹੈ